ਤੁਸੀਂ ਨੋਟਿਸ ਕੀਤਾ ਹੋਊਗਾ ਕਿ ਕਦੀ ਕਦੀ ਜਦੋਂ ਅਸੀਂ ਕਿਸੇ ਚੀਜ਼ ਨੂੰ ਟੱਚ ਕਰਦੇ ਹਾਂ ਜਾਂ ਫਿਰ ਸਾਡੀ ਕੂਣੀ ਕਿਸੇ ਚੀਜ਼ ਨਾਲ ਵੱਜਦੀ ਹੈ ਤਾਂ ਸਾਨੂੰ ਲੱਗਦਾ ਹੈ ਕਰੰਟ ਦਾ ਝਟਕਾ। ਕੀ ਕਾਰਨ ਹੈ ਇਹ ਕਰੰਟ ਦਾ ਝਟਕਾ ਲੱਗਣ ਦਾ? ਅਸਲ ਵਿੱਚ ਇਸ ਕਰੰਟ ਨੂੰ ਲੈ ਕੇ ਕਾਫੀ ਅਫਵਾਹਾਂ ਫੈਲ ਰਹੀਆਂ ਨੇ, ਪਰ ਤੁਸੀਂ ਕਿਸੇ ਵੀ ਅਫਵਾਹ 'ਤੇ ਯਕੀਨ ਨਹੀਂ ਕਰਨਾ, ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਤੁਹਾਨੂੰ ਕਰੰਟ ਲੱਗਣ ਦਾ ਸਹੀ ਕਾਰਨ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਜੀਨੀਅਸ ਪੰਜਾਬ ਯੂਟਿਊਬ ਚੈਨਲ, ਅਤੇ ਜਾਣਦੇ ਹਾਂ ਕਿ ਇਹ ਕਰੰਟ ਦਾ ਝਟਕਾ ਕਿਉਂ ਲੱਗਦਾ ਹੈ। ਜ਼ਿਆਦਾਤਰ ਐਸੇ ਕਰੰਟ ਦੇ ਝਟਕੇ ਸਾਨੂੰ ਸਰਦੀਆਂ ਦੇ ਵਿੱਚ ਲੱਗਦੇ ਨੇ, ਪਰ ਕਦੀ ਕਦੀ ਗਰਮੀਆਂ ਵਿੱਚ ਵੀ ਸਾਨੂੰ ਇਹ ਕਰੰਟ ਦੇ ਝਟਕੇ ਮਹਿਸੂਸ ਹੁੰਦੇ ਨੇ। ਅਤੇ ਇਸ ਕਰੰਟ ਦੇ ਝਟਕੇ ਨੂੰ ਸਟੈਟਿਕ ਸ਼ੌਕ ਕਹਿੰਦੇ ਨੇ। ਕਿਸੇ ਵੀ ਸਰਕਟ 'ਚ ਜਦੋਂ ਇਲੈਕਟ੍ਰੋਨ ਫਲੋ ਕਰਦੇ ਨੇ ਤਾਂ ਉਹਨੂੰ ਕਰੰਟ ਕਹਿੰਦੇ ਨੇ। ਸਟੈਟਿਕ ਕਰੰਟ ਕੀ ਹੁੰਦਾ ਹੈ ਦੋਸਤੋ? ਸਾਡੇ ਬ੍ਰਹਿਮੰਡ ਦੇ ਵਿੱਚ ਐਨਰਜੀ ਨੂੰ ਛੱਡ ਕੇ ਬਾਕੀ ਹਰ ਇੱਕ ਚੀਜ਼ ਐਟਮਸ ਤੋਂ ਬਣੀ ਹੁੰਦੀ ਹੈ। ਐਟਮਸ ਮਤਲਬ ਪਰਮਾਣੂ। ਐਟਮਸ ਬਹੁਤ ਹੀ ਛੋਟੇ ਛੋਟੇ ਕਣ ਹੁੰਦੇ ਨੇ ਜਿਨ੍ਹਾਂ ਤੋਂ ਮਿਲ ਕੇ ਕੋਈ ਵੀ ਚੀਜ਼ ਬਣਦੀ ਹੈ। ਅਤੇ ਸਾਡੀ ਹਿਊਮਨ ਬੋਡੀ ਦੇ ਵਿੱਚ ਵੀ 99% ਐਟਮਸ ਹੁੰਦੇ ਨੇ, ਜੋ ਕਿ ਹਾਈਡਰੋਜਨ, ਆਕਸੀਜਨ, ਕਾਰਬਨ ਅਤੇ ਨਾਈਟ੍ਰੋਜਨ ਦਾ ਮਿਕਸਅਪ ਹੁੰਦੇ ਨੇ। ਮਤਲਬ ਕਿ ਹਾਈਡਰੋਜਨ, ਆਕਸੀਜਨ, ਕਾਰਬਨ ਅਤੇ ਨਾਈਟ੍ਰੋਜਨ ਦੇ ਐਟਮਸ ਤੋਂ ਮਿਲ ਕੇ ਬਣਦੀ ਹੈ ਸਾਡੀ ਬੋਡੀ। ਅਤੇ ਜੋ ਐਟਮਸ ਹੁੰਦੇ ਨੇ ਉਹ ਤਿੰਨ ਚੀਜ਼ਾਂ ਨੂੰ ਮਿਲ ਕੇ ਬਣਦੇ ਨੇ। ਇਲੈਕਟ੍ਰੋਨ ਨੈਗੇਟਿਵਲੀ ਚਾਰਜ, ਪ੍ਰੋਟੋਨ ਪੋਜ਼ਿਟਿਵਲੀ ਚਾਰਜ ਅਤੇ ਨਿਊਟ੍ਰੋਨ ਨਿਊਟਰਲ ਚਾਰਜ। ਆਪਾਂ ਆਸਾਨ ਭਾਸ਼ਾ ਦੇ ਵਿੱਚ ਦੇਖਦੇ ਹਾਂ ਕਿ ਕਰੰਟ ਦੇ ਝਟਕੇ ਕਿਉਂ ਮਹਿਸੂਸ ਹੁੰਦੇ ਨੇ। ਜਦੋਂ ਇਲੈਕਟ੍ਰਿਕ ਚਾਰਜ ਦੇ ਵਿੱਚ ਪੋਜ਼ਿਟਿਵ ਅਤੇ ਨੈਗੇਟਿਵ ਚਾਰਜ ਦਾ ਬੈਲੈਂਸ ਵਿਗੜ ਜਾਂਦਾ ਹੈ, ਮਤਲਬ ਕਿ ਇੱਕ ਚੀਜ਼ ਦੇ ਵਿੱਚ ਇਲੈਕਟ੍ਰੋਨ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਅਤੇ ਪ੍ਰੋਟੋਨ ਦੀ ਮਾਤਰਾ ਘੱਟ ਜਾਂਦੀ ਹੈ, ਉਦੋਂ ਸਟੈਟਿਕ ਇਲੈਕਟ੍ਰੀਸਿਟੀ ਪੈਦਾ ਹੁੰਦੀ ਹੈ ਅਤੇ ਇਹ ਸਟੈਟਿਕ ਕਰੰਟ ਸਾਡੀ ਬੋਡੀ ਦੇ ਵਿੱਚ ਇਕੱਠਾ ਹੋ ਜਾਂਦਾ ਹੈ। ਅਤੇ ਫਿਰ ਜਦੋਂ ਆਪਾਂ ਕਿਸੇ ਚੀਜ਼ ਨੂੰ ਟੱਚ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਰੰਟ ਦਾ ਝਟਕਾ, ਜਿਹਨੂੰ ਕਹਿੰਦੇ ਆ ਸਟੈਟਿਕ ਸ਼ੌਕ। ਹੁਣ ਸਵਾਲ ਇਹ ਆ ਕਿ ਸਾਡੀ ਬੋਡੀ ਦੇ ਵਿੱਚ ਇਲੈਕਟ੍ਰੋਨ ਫਲੋ ਕਿਵੇਂ ਕਰਦੇ ਨੇ? ਅਸਲ 'ਚ ਉੱਨ ਦੇ ਕੱਪੜੇ, ਰੇਸ਼ਮੀ ਕੱਪੜੇ, ਕੰਘੀ ਜਾਂ ਪਲਾਸਟਿਕ ਦੀਆਂ ਹੋਰ ਚੀਜ਼ਾਂ, ਇਹਨਾਂ ਦੇ ਵਿੱਚ ਬਾਕੀ ਚੀਜ਼ਾਂ ਨਾਲੋਂ ਇਲੈਕਟ੍ਰੋਨ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਫ੍ਰਿਕਸ਼ਨ ਨਾਲ ਇਲੈਕਟ੍ਰੋਨ ਹੋਰ ਜ਼ਿਆਦਾ ਵੱਧ ਜਾਂਦੇ ਨੇ। ਅਤੇ ਜਦੋਂ ਉਹਨਾਂ ਚੀਜ਼ਾਂ ਦੇ ਵਿੱਚੋਂ ਇਲੈਕਟ੍ਰੋਨ ਸਾਡੀ ਬੋਡੀ ਦੇ ਵਿੱਚ ਆ ਜਾਂਦੇ ਨੇ ਤਾਂ ਸਾਡੀ ਬੋਡੀ ਦੇ ਵਿੱਚ ਇਲੈਕਟ੍ਰੋਨ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ, ਮਤਲਬ ਕਿ ਸਾਡੀ ਬੋਡੀ ਨੈਗੇਟਿਵਲੀ ਚਾਰਜ ਹੋ ਜਾਂਦੀ ਹੈ। ਸਾਡੀ ਬੋਡੀ ਨੈਗੇਟਿਵਲੀ ਚਾਰਜ ਹੋਣ ਤੋਂ ਬਾਅਦ ਜਦੋਂ ਅਸੀਂ ਕਿਸੇ ਐਸੀ ਚੀਜ਼ ਨੂੰ ਟੱਚ ਕਰਦੇ ਹਾਂ ਜੋ ਪੋਜ਼ਿਟਿਵਲੀ ਚਾਰਜ ਹੁੰਦੀ ਹੈ ਤਾਂ ਸਾਡੀ ਬੋਡੀ ਵਿੱਚੋਂ ਐਕਸਟਰਾ ਇਲੈਕਟ੍ਰੋਨਸ ਤੇਜ਼ੀ ਨਾਲ ਪੋਜ਼ਿਟਿਵ ਚੀਜ਼ ਦੇ ਵਿੱਚ ਟ੍ਰਾਂਸਫਰ ਹੁੰਦੇ ਨੇ ਤਾਂ ਕਿ ਦੋਨਾਂ ਚੀਜ਼ਾਂ ਦੇ ਵਿੱਚ ਇਲੈਕਟ੍ਰੋਨ ਪ੍ਰੋਟੋਨ ਦੀ ਮਾਤਰਾ ਇਕੁਅਲ ਹੋ ਸਕੇ। ਅਤੇ ਉਸ ਟਾਈਮ ਲੱਗਦਾ ਹੈ ਸਾਨੂੰ ਬਿਜਲੀ ਦਾ ਝਟਕਾ। ਖਰਾਬ ਮੌਸਮ ਦੇ ਚੱਲਦਿਆਂ ਵੀ ਇਹ ਬਿਜਲੀ ਦੇ ਝਟਕੇ ਸਾਨੂੰ ਲੱਗਦੇ ਨੇ। ਜਦੋਂ ਹਵਾ ਦੇ ਵਿੱਚ ਨਮੀ ਘੱਟ ਜਾਂਦੀ ਹੈ ਉਦੋਂ ਵੀ ਸਾਨੂੰ ਬਿਜਲੀ ਦੇ ਇਹ ਝਟਕੇ ਮਹਿਸੂਸ ਹੁੰਦੇ ਨੇ, ਕਿਉਂਕਿ ਉਸ ਟਾਈਮ ਸਾਡੀ ਬੋਡੀ ਦੇ ਵਿੱਚੋਂ ਸਟੈਟਿਕ ਚਾਰਜ ਡਿਸਚਾਰਜ ਨਹੀਂ ਹੁੰਦਾ। ਵੈਸੇ ਤਾਂ ਹਰ ਵੇਲੇ ਇਲੈਕਟ੍ਰੋਨ ਫਲੋ ਕਰਦੇ ਰਹਿੰਦੇ ਨੇ, ਪਰ ਹਰ ਵੇਲੇ ਸਾਨੂੰ ਝਟਕਾ ਇਸ ਕਰਕੇ ਨਹੀਂ ਲੱਗਦਾ ਕਿਉਂਕਿ ਸਾਡੀ ਬੋਡੀ ਦੇ ਵਿੱਚ ਪ੍ਰੋਟੋਨਸ ਅਤੇ ਇਲੈਕਟ੍ਰੋਨਸ ਦੀ ਮਾਤਰਾ ਬੈਲੈਂਸ ਹੁੰਦੀ ਹੈ। ਸਾਨੂੰ ਝਟਕਾ ਉਦੋਂ ਹੀ ਲੱਗਦਾ ਹੈ ਜਦੋਂ ਇਲੈਕਟ੍ਰੋਨ ਜਾਂ ਪ੍ਰੋਟੋਨਸ ਦੇ ਵਿੱਚੋਂ ਕੋਈ ਚੀਜ਼ ਵੱਧ ਘੱਟ ਜਾਵੇ, ਯਾਨੀ ਕਿ ਅਨਬੈਲੈਂਸ ਹੋ ਜਾਵੇ। ਇਹ ਝਟਕਾ ਹਰ ਇੱਕ ਨੂੰ ਇਕੁਅਲ ਨਹੀਂ ਲੱਗਦਾ, ਕਿਸੇ ਨੂੰ ਵੱਧ ਹੁੰਦਾ ਹੈ, ਕਿਸੇ ਨੂੰ ਘੱਟ ਹੁੰਦਾ ਹੈ, ਪਰ ਘਬਰਾਉਣ ਵਾਲੀ ਗੱਲ ਬਿਲਕੁਲ ਨਹੀਂ ਹੈ ਕਿਉਂਕਿ ਇਹ ਸਾਰਾ ਕੁਝ ਨੋਰਮਲ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਸੁਣਿਆ ਹੋਏਗਾ ਕਿ ਪਾਕਿਸਤਾਨ ਦੇ ਵਿੱਚ ਜਾਂ ਕੁਝ ਹੋਰ ਮੁਲਕਾਂ ਦੇ ਵਿੱਚ ਸਟੈਟਿਕ ਸ਼ੌਕ ਲੱਗਣ ਨਾਲ ਨੱਕ ਦੇ ਵਿੱਚੋਂ ਖੂਨ ਵੀ ਨਿਕਲ ਰਿਹਾ ਹੈ। ਇਹਦਾ ਕਾਰਨ ਹੈ ਹਵਾ ਦੇ ਵਿੱਚ ਨਮੀ ਘੱਟ ਹੋਣਾ। ਉਸ ਏਰੀਏ ਦੇ ਵਿੱਚ ਹਵਾ ਦੇ ਵਿੱਚ ਨਮੀ ਘੱਟ ਹੋਊਗੀ ਤਾਂ ਹੀ ਉਹਨਾਂ ਨੂੰ ਇਹ ਝਟਕੇ ਥੋੜ੍ਹੇ ਵੱਧ ਲੱਗ ਰਹੇ ਨੇ ਅਤੇ ਨੱਕ ਦੇ ਵਿੱਚੋਂ ਖੂਨ ਵੀ ਆ ਰਿਹਾ ਹੈ। ਹੁਣ ਜੇ ਆਪਾਂ ਗੱਲ ਕਰੀਏ ਇਹਦੇ ਸਲਿਊਸ਼ਨ ਦੀ, ਵੈਸੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈ ਕਿਉਂਕਿ ਨੋਰਮਲ ਹੈ, ਫਿਰ ਵੀ ਆਪਾਂ ਸਲਿਊਸ਼ਨ ਦੱਸ ਦਿੰਦੇ ਹਾਂ। ਜਿਵੇਂ ਮੈਂ ਦੱਸਿਆ ਸੀ ਕਿ ਉਹਨਾਂ ਦੇ ਕੱਪੜਿਆਂ ਦੇ ਵਿੱਚ ਇਲੈਕਟ੍ਰੋਨਸ ਜ਼ਿਆਦਾ ਹੁੰਦੇ ਨੇ, ਇੱਥੇ ਦਾ ਸਲਿਊਸ਼ਨ ਇਹ ਆ ਕਿ ਸਿਲਕੀ ਕੱਪੜੇ ਵੱਧ ਪਾਓ, ਨਾਇਲੋਨ ਅਤੇ ਵੂਲਨ ਦੇ ਕੱਪੜੇ ਘੱਟ ਪਾਓ, ਆਪਣੀ ਸਕਿਨ ਨੂੰ ਡਰਾਈ ਨਾ ਹੋਣ ਦਿਓ, ਸਕਿਨ ਦੇ ਵਿੱਚ ਨਮੀ ਬਣਾਈ ਰੱਖੋ, ਜੋ ਆਪਾਂ ਬੂਟ ਪਾਉਂਦੇ ਹਾਂ ਉਹ ਵੀ ਲੈਦਰ ਦੇ ਪਾਓ, ਰਬੜ ਦੇ ਨਾ ਪਾਓ ਕਿਉਂਕਿ ਰਬੜ ਸਟੈਟਿਕ ਕਰੰਟ ਨੂੰ ਸਾਡੀ ਧਰਤੀ 'ਚ ਟ੍ਰਾਂਸਫਰ ਨਹੀਂ ਹੋਣ ਦਿੰਦੀ। ਇਸ ਤੋਂ ਇਲਾਵਾ ਮੈਟਲ ਦੀਆਂ ਉਹਨਾਂ ਚੀਜ਼ਾਂ ਨੂੰ ਟੱਚ ਕਰਦੇ ਰਹੋ
जो जमीन नाल डायरैक्टली कनैक्टड ने, या फिर अपने पैरां नूं जमीन नाल टच करते रहो ताकि स्टैटिक करंट जमीन दे विच ट्रांसफर हो जाए। सो ये सी जानकारी कि सानूं करंट क्यों लगता है ते नाल ही उहदे सल्यूशन। होप सो कि जानकारी वधिया लगी होगी। इस तरह की होर जानकारी लैण लई तुसीं साडे यूट्यूब चैनल जीनियस पंजाब नूं सबसक्राइब कर सकते जे। मिलते हैं किसी नवी जानकारी नाल। रब रखा।